ਅਸਲਾਮ ਅਲੈਕੁਮ ਦੋਸਤੋ ਤੁਹਾਨੂੰ ਅਸੀਂ ਸ਼ਹੀਨ ਆਫੀਸ਼ੀਅਲ YouTube ਚੈਨਲ ਤੇ ਖੁਸ਼ ਆਮਦਿਦ ਕਹਿੰਨੇ ਆ ਤੇ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਇੱਕ ਪਿੰਡ ਪੰਜਾਬ ਦਾ ਸੋ ਇਸੇ ਸਿਲਸਿਲੇ ਵਿੱਚ ਅੱਜ ਦੀ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਦਾ ਪਿੰਡ 448 ਗਾਹਬੇ ਨੂਰਪੁਰਾ 448 ਗਾਹਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਤੇ ਆਓ ਜੀ ਇਹਦਾ ਆਪਾਂ ਵਿਜ਼ਿਟ ਕਰਨੇ ਆ ਇਹ ਸਮੁੰਦਰੀ ਸ਼ਹਿਰ ਤੋਂ 533 ਗਾਹਬੇ ਸਮੁੰਦਰੀ ਸ਼ਹਿਰ ਤੋਂ ਨਹਿਰ ਦੇ ਨਾਲ-ਨਾਲ ਆਉਂਦਿਆਂ ਹੋਇਆ ਨਹਿਰ ਕ੍ਰਾਸ ਕਰਕੇ ਬੰਗਲੇ ਵਾਲੇ ਪੁਲ ਤੋਂ ਇਹ ਗੜ੍ਹ ਰੋਡ ਹੁੰਦਾ ਹੈ ਤੇ ਇਹ 445 ਛੋਟੀ ਕ੍ਰਾਸ ਕਰਕੇ ਇਹ ਪਿੰਡ ਹੁੰਦਾ ਹੈ 447 ਗਾਹਬੇ ਕੰਬੋ ਵਾਲਾ 447 ਗਾਹਬੇ ਕੰਬੋ ਵਾਲਾ ਇਹ ਪਿੰਡ ਹੈ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਲਹਿੰਦੇ ਪੰਜਾਬ ਦਾ ਜਿਸ ਦਾ ਪੁਰਾਣਾ ਨਾਂ ਲਾਇਲਪੁਰ ਲਾਇਲਪੁਰ ਜ਼ਿਲ੍ਹਾ ਜ਼ਿਲ੍ਹਾ ਫੈਸਲਾਬਾਦੀ ਤਹਿਸੀਲ ਸਮੁੰਦਰੀ ਦਾ ਪਿੰਡ 447 ਗਾਬੇ ਕੰਬੋ ਵਾਲਾ ਜੀਆ 447 ਗਾਬੇ ਕੰਬੋ ਵਾਲਾ ਤੋਂ ਅਸੀਂ ਕ੍ਰਾਸ ਕਰਦੇ ਜਾ ਰਹੇ ਹਾਂ ਇਹ ਜਿਹੜੀ ਸਿੱਧੀ ਸੜਕ ਹੈ ਸਿੱਧੀ ਸੜਕ ਜਾਂਦੀ ਹੈ ਕੰਜਵਾਨੀ ਰੇਲਵੇ ਸਟੇਸ਼ਨ ਤੇ ਜੋ ਕਿ ਨਨਕਾਣਾ ਸਾਹਿਬ ਤੋਂ ਆਉਂਦਾ ਹੈ ਕੰਜਵਾਨੀ ਸਟੇਸ਼ਨ ਔਰ ਕਮਾਲੀ ਹਲ ਨੂੰ ਇਹ ਟਰੈਕ ਜਾਂਦਾ ਨੇ ਰੇਲਵੇ ਦਾ ਸੋ ਇੱਥੋਂ ਅਸੀਂ ਜਾ ਰਹੇ ਹਾਂ ਜੀ ਇਹ ਰੋਡ ਹੈ ਜਿਹੜਾ ਸਮੁੰਦਰੀ ਤੋਂ ਆ ਰਿਹਾ ਇਹਨੂੰ ਗੜ ਰੋਡ ਸਹੀਵਰ ਰੋਡ ਵੀ ਕਿਹਾ ਜਾਂਦਾ ਹੈ ਕਿਉਂਕਿ ਜੋ ਤਹਿਸੀਲ ਤਾਲੀਆਂ ਵਾਲਾਂ ਦਾ ਇਲਾਕਾ ਗੜ ਹੈ ਗੜ ਦੇ ਆਖਰੀ ਹਾਦਸੇ ਤੇ ਦਰੇ ਰਾਵੀ ਇਥੋਂ ਗੁਜ਼ਰਦਾ ਹੈ ਔਰ ਦਰੇ ਰਾਵੀ ਦੇ ਪਾਰ ਸਾਈਵਾਲੇ ਔਰ ਇਧਰ ਜ਼ਿਲ੍ਹਾ ਫੈਸਲਾਬਾਦ ਹੈ ਸਾਈਵਾਲੇ ਦਾ ਹੁਣ ਰਾਵੀ ਦੇ ਉੱਤੇ ਹੁਣ ਇਸ ਟਾਈਮ ਇਸ ਸੜਕ ਤੇ ਰਾਵੀ ਦੇ ਉੱਤੇ ਗੜ ਤੋਂ ਅਗਲੇ ਪਾਸੇ ਪੂਰ ਤਮੀਰ ਹੁੰਦਾ ਕਰਕੇ ਸਾਈਬਾਨ ਨੂੰ ਜਾਣ ਵਾਲੀ ਸਾਰੀ ਟ੍ਰੈਫਿਕ ਇਹ ਰੋਡ ਇਸਤੇਮਾਲ ਕਰਦੀ ਏ ਇਸੇ ਸੜਕ ਤੇ ਰਾਹੀ ਜਾਂਦੀ ਏ 447 ਗਾਹ ਬੇ ਕੰਬੋ ਵਾਲਾ ਸੋ ਅਸੀਂ ਅਗਰ ਸਿੱਧੇ ਜਾਈਏ ਤੇ ਕੰਜਵਾਨੀ ਜਾਵਾਂਗੇ ਤੇ ਇੱਥੋਂ ਅਸੀਂ ਥੋੜਾ ਜਿਹਾ ਲੈਫਟ ਸਾਈਡ ਤੇ ਟਰਨ ਕਰਾਂਗੇ ਖੱਬੇ ਹੱਥ ਨੂੰ ਮੋੜਾਂਗੇ ਥੋੜਾ ਜਿਹਾ ਤੇ ਅਸੀਂ ਇੱਥੋਂ ਪਹਿਲੇ ਪਿੰਡ ਆਏਗਾ 448 ਗਾਹ ਬੇ ਨੂਰਪੁਰਾ ਜਿਸ ਨੂੰ ਨਿਸ਼ਾਰਨ 448 ਲਿਸ਼ਾਰਨ ਵੀ ਕਿਹਾ ਜਾਂਦਾ ਏ ਔਰ ਉਸ ਤੋਂ ਬਾਅਦ ਅੱਗੇ 452 ਗਾਹ ਬੇਰਹਿਮੇ ਸ਼ਾ ਔਰ ਅੱਗੇ ਗੜ ਗੜ ਤੋਂ ਅੱਗੇ ਦਰਿਆ ਰਾਵੀ ਪਾਰ ਕਰਕੇ ਜ਼ਿਲ੍ਹਾ ਸਾਹੀਵਾਲ ਪ੍ਰਾਨਾ ਜਿਸ ਦਾ ਨਾਮ ਮਿੰਟ ਗੁਮਰੀ ਉਹ ਸ਼ਹਿਰ ਉਹ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਇਹ ਜ਼ਿਲ੍ਹਾ ਫੈਸਲਾਬਾਦ ਦਾ ਤਹਿਸੀਲ ਸਮੁੰਦਰੀ ਦਾ ਕੰਬੋ ਵਾਲਾ ਪਿੰਡ ਸੋ ਇੱਥੋਂ ਅਸੀਂ ਕ੍ਰਾਸ ਕਰ ਰਹੇ ਹਾਂ ਜੀ ਇਸ ਵੇਲੇ 447 ਗਾਹ ਬੇ ਕੰਬੋ ਵਾਲਾ ਇਹ 447 ਗਾਹਬੇ ਕੰਬੋ ਵਾਲੇ ਦਾ ਦੋਵਾਂ ਪਾਸੇ ਰਕਬਾ 447 ਗਾਹਬੇ ਕੰਬੋ ਵਾਲੇ ਦਾ ਰਕਬਾ ਹੈ ਸੱਜੇ ਵੀ ਤੇ ਖੱਬੇ ਵੀ ਇਹ ਸੜਕ ਗੜ ਰੋਡ ਸਾਹੀਵਾਲ ਰੋਡ ਇੱਥੋਂ ਸਾਹੀਵਾਲ ਦੇ ਰਾਹੀਂ ਪਾਕ ਪੰਜਾਬ ਦੇ مختلف ਸ਼ਹਿਰਾਂ ਨੂੰ ਜਿੰਨੀ ਵੀ ਟ੍ਰਾਂਸਪੋਰਟ ਗੁਜ਼ਰਦੀ ਹੈ ਫੈਸਲਾਬਾਦੋਂ ਵਾਲੀ ਇਹੋ ਰੋਡ ਇਹੋ ਸੜਕ ਇਸਤੇਮਾਲ ਕਰਦੀ ਹੈ ਤੇ ਐ ਐਸ ਐਚ ਰਸਤਾ ਜਾਂਦਾ ਹੈ ਇੱਥੋਂ ਸੱਜੇ ਹੱਥ ਜਾਈਏ ਤੇ 447 445 472 10 473 ਬੀਜਾਪੁਰ ਨੂੰ ਸੜਕ ਜਾਂਦੀ ਹੈ ਇੱਥੋਂ ਅਸੀਂ ਲੈਫਟ ਟਰਨ ਕਰਾਂਗੇ ਥੋੜਾ ਜਿਹਾ ਲੈਫਟ ਟਰਨ ਕੀਤਾ ਤੇ ਇਹ ਅਸੀਂ ਸਿੱਧੇ ਜਾ ਰਹੇ ਹਾਂ ਇਹ ਵੀ ਏਰੀਆ 447 ਗਾਹ ਬੇਕੰਬੋ ਵਾਲਾ ਦਾ ਹੈ ਇਹਨੂੰ 47 ਮੋੜ ਕਿਹਾ ਜਾਂਦਾ ਹੈ ਵੱਧਦੀ ਹੋਈ ਆਬਾਦੀ ਦੇ ਲਿਹਾਜ਼ ਦੇ ਨਾਲ ਲੋਕ ਇੱਥੇ ਆ ਕੇ ਪਿਆਲੀਆਂ ਦੇ ਵਿੱਚ ਆਬਾਦ ਹੋ ਗਏ ਨੇ ਤੇ ਇਹ ਵੀ ਇੱਕ ਅੱਛਾ ਖਾਸਾ ਆਬਾਦੀ ਦਾ ਇੱਕ ਆਬਾਦੀ ਬਣ ਗਈ ਇੱਕ ਪਿੰਡ ਦਾ ਹਿੱਸਾ ਬਣ ਗਿਆ ਹੈ 447 ਹੈ 447 ਗਾਹ ਬੇਕੰਬੋ ਵਾਲਾ ਔਰ ਇਥੋਂ ਸੀ ਕ੍ਰਾਸ ਕਰਕੇ 448 ਗਾਹ ਬੇ ਨੂਰਪੁਰਾ ਨੂੰ ਜਾਵਾਂਗੇ ਕੁਝ ਰੋਡ ਦੀ ਰਿਪੇਅਰਿੰਗ ਹੋ ਰਹੀ ਹੈ 447 ਗਾਹੇ ਕੰਬੋ ਵਾਲਾਂ ਤੋਂ 448 ਗਾਹੇ ਨੂਰਪੁਰਾ ਨੂੰ ਜਾਂਦਿਆਂ ਹੋਇਆ 448 ਗਾਹੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ 448 ਗਾਬੇ ਨੂਰਪੁਰਾ ਨੂੰ ਜਾ ਰਹੇ ਨੇ ਜੀ ਇਸ ਮੁੰਦਰੀ ਸ਼ਹਿਰ ਚੋਂ ਰਸਤਾ ਆ ਰਿਹਾ ਜੋ ਕਿ ਨਹਿਰ ਦੇ ਨਾਲ ਨਾਲ ਨਹਿਰ ਕ੍ਰਾਸ ਕਰਕੇ ਮੁੰਨੀਆਂ ਵਾਲੇ ਬੰਗਲੇ ਦੇ ਕੋਲੋਂ 447 ਕੰਬੋ ਵਾਲੇ ਦੇ ਵਿੱਚੋਂ ਹੁੰਦਾ ਹੋਇਆ 448 ਗਾਬੇ ਨੂਰਪੁਰਾ ਇਹ ਹਾਦਸੇ ਜੀ 448 ਗਾਬੇ ਨੂਰਪੁਰਾ ਔਰ 447 ਗਾਬੇ 447 ਗਾਬੇ ਕੰਬੋ ਵਾਲਾ ਦੀ ਇਹ ਜਿਹੜੀ ਡਿਟੇਲ ਹੈ ਇਹ ਕ੍ਰਾਸ ਕਰਕੇ ਇਹ ਰਕਬਾ ਇਸ ਵੇਲੇ 448 ਗਾਬੇ ਨਿਸ਼ਾਰਨ 448 ਗਾਹਬੇ ਨੂਰਪੁਰਾ ਦਾ ਰਕਬਾ ਹੈ ਇਹ ਦੋਵਾਂ ਪਾਸੇ ਜ਼ਮੀਨਾਂ ਜਿਹੜੀਆਂ ਨੇ ਇਹ ਰਕਬਾ ਹੈ 448 ਗਾਹਬੇ ਨੂਰਪੁਰਾ ਨਿਸ਼ਾਰਨ ਦਾ ਰਕਬਾ ਹੈ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਇਹ ਦੋਵੇਂ ਪਾਸੇ ਜ਼ਮੀਨਾਂ 448 ਗਾਹਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ 448 ਜੀਬੀ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਇਹ ਉਹ ਜ਼ਮੀਨਾਂ ਨੇ ਤੇ ਇਹ ਸੱਜੇ ਹੱਥ ਪਿੰਡ ਵੜਦੇ ਆ ਇਹ 448 ਗਾਬੇ ਨੂਰਪੁਰਾ ਦਾ ਜਨਾਜ਼ਗਾਹ ਹੈ ਜਿੱਥੇ ਫੌਤ ਹੋਣ ਵਾਲੇ ਬੰਦੇ ਦੀ ਮૈયਤ ਦੀ ਨਮਾਜ਼-ਏ-ਜਨਾਜ਼ਾ ادا ਕੀਤੀ ਜਾਂਦੀ ਹੈ ਐਨ ਵਜ਼ੂਅ ਦੀ ਪਲੇਸ ਹੈ ਵਜ਼ੂਅ ਵਾਸਤੇ ਟੂਟੀਆਂ ਲਗਾਈਆਂ ਗਈਆਂ ਨੇ ਇੱਥੇ ਤੇ ਇਹ ਵਾਲ ਕੀਤੀ ਗਈ ਹੈ ਇਹ ਨਮਾਜ਼ੇ ਜਨਾਜ਼ਾ ਇੱਥੇ ਦਾ ਹੁੰਦੀ ਹੈ ਇਹ ਜਨਾਜ਼ਗਾਹ 448 ਗਾਬੇ ਨੂਰਪੁਰਾ ਨਿਸ਼ਾਰਨ ਦਾ ਔਰ ਨਾਲ ਹੀ ਇਹ ਕਬਰਸਤਾਨ ਹੈ ਕਿ ਜਿੱਥੇ ਕਿ ਮਿੱਜਤ ਨੂੰ ਦਫਨਾ ਦਿੱਤਾ ਜਾਂਦਾ ਹੈ ਦਫਨ ਕਰ ਦਿੱਤਾ ਜਾਂਦਾ ਹੈ ਇਹ ਔਰ ਕਬਰਸਤਾਨ ਦੇ ਬਿਲਕੁਲ ਸਾਹਮਣੇ ਆਪੋਜ਼ਿਟ ਸਾਈਡ ਤੇ ਖੱਬੇ ਹੱਥ ਪਿੰਡ ਵੱਧਦੇ ਆ ਇਹ ਪਿੰਡ ਦਾ ਬੁਨਿਆਦੀ ਮਰਕਜ਼ ਹੈ ਤੇ ਇਹ ਪਿੰਡ ਦਾ ਹਸਪਤਾਲ ਹੈ ਜੋ ਕਿ 19 ਤੋਂ 20 ਕਨਾਲ ਦੇ ਰਕਬੇ ਦੇ ਉੱਤੇ ਇਹ ਰਕਬਈ ਇਸਦਾ ਇਸ ਹਸਪਤਾਲ ਦਾ ਬੁਨਿਆਦੀ ਤਿੱਬੀ ਮਰਕਜ਼ ਹੈ ਬੁਨਿਆਦੀ ਮਰਕਜ਼ ਸਿਹਤ ਜੋ ਕਿ ਗਵਰਨਮੈਂਟ ਦਾ ਅਧਾਰਾ ਹੈ ਪੰਜਾਬ ਦਾ ਪੰਜਾਬ ਸਰਕਾਰ ਦਾ ਅਧਾਰਾ ਹੈ ਜੋ ਕਿ ਇਸ ਇਲਾਕੇ ਦੇ ਇਸ ਪਿੰਡ ਵਾਲਿਆਂ ਦੀ ਸੇਵਾ ਵਾਸਤੇ ਬਿਮਾਰਾਂ ਨੂੰ ਦਵਾਈ ਦੇਣ ਵਾਸਤੇ ਇੱਥੇ ਡਾਕਟਰ ਸਾਹਿਬ ਬੈਠਦੇ ਨੇ ਇਹ ਸਰਕਾਰੀ ਅਧਾਰਾ ਹੈ ਗਵਰਨਮੈਂਟ ਦਾ ਸਰਕਾਰ ਦੇ ਵੱਲੋਂ ਬੁਨਿਆਦੀ ਮਰਕਜ਼ ਸਿਹਤ ਇਹ ਹਸਪੀਟਲ ਹੈ 448 ਗਾਬੇ ਨਸ਼ਾਰਨ ਦਾ 448ਾ ਬੈਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਸੋ ਇਸ ਤੋਂ ਅਸੀਂ ਥੋੜਾ ਜਿਹਾ ਅਗਲੇ ਪਾਸੇ ਜਾਂਦੇ ਆ ਤੇ ਸਜੇ ਹੱਤ ਪਿੰਡ ਵੜਦੇ ਆ ਇੰਟਰਸ ਦੇ ਉੱਤੇ ਖੁਸ਼ ਆਮਦੀਦ ਲਿਖਿਆ ਹੈ ਜੀ ਆਇਆਂ ਨੂੰ ਲਿਖਿਆ ਹੈ ਇਹ ਇਸ ਪਿੰਡ ਦਾ ਇਤਫਾਕ ਫੁੱਟਬਾਲ ਸਟੇਡੀਅਮ ਹੈ ਇਸ ਇਸ ਤੇ ਲਿਖਿਆ ਹੈ ਜੀ ਆਇਆਂ ਨੂੰ ਆਉਣ ਵਾਲਿਆਂ ਨੂੰ ਅਸੀਂ ਜੀ ਜੀ ਆਖਦੇ ਹਾਂ ਖੁਸ਼ ਆਮਦੀਦ ਕਹਿੰਦੇ ਹਾਂ ਵੈਲਕਮ ਆਖਦੇ ਹਾਂ ਇਤਫਾਕ ਫੁੱਟਬਾਲ ਕਲੱਬ ਇਹ ਗਰਾਊਂਡ ਇਸ ਪਿੰਡ ਦਾ ਜੋ ਕਿ ਬਕਾਇਦਾ ਤੌਰ ਤੇ ਸਰਕਾਰ ਦੇ ਵੱਲੋਂ ਮਨਜ਼ੂਰ ਇਹ ਖੇਡਾਂ ਵਾਸਤੇ ਇਹ ਫੁੱਟਬਾਲ ਵਾਸਤੇ ਗਰਾਊਂਡ ਹੈ ਫੁੱਟਬਾਲ ਦਾ ਗਰਾਊਂਡ ਹੈ ਜਿਸ ਦੀ ਬਾਉਂਡਰੀ ਵਾਲ ਹੋਈ ਹੈ ਇਹ ਦੇਖੋ ਜੀ ਚਾਰជ្រਵੇ ਇਸ ਦੀ ਬਾਉਂਡਰੀ ਵਾਲ ਹੋਈ ਹੈ ਵਿੱਚ ਬਹੁਤ ਹੀ ਅੱਛੇ ਸੋਹਣੇ ਤਰੀਕੇ ਦੇ ਨਾਲ ਇੱਕ ਗਰਾਸ ਕਾ ਲਾਇਆ ਗਿਆ ਹੈ ਇਹ ਸਟੈਪ ਬਣੇ ਨੇ ਇਹ ਰੋਡ ਨਾਲ ਦੀ ਸਾਈਡ ਹੈ ਰੋਡ ਵਾਲੀ ਸਾਈਡ ਹੈ ਤੇ ਇਹ ਮੇਨ ਗੇਟ ਹੈ ਰੋਡ ਦੇ ਨਾਲ ਦਾ ਤੇ ਇਹ ਦੇਖੋ ਜੀ ਤੁਸੀਂ ਸਟੈਪ ਬਣੇ ਨੇ ਬਹੁਤ ਸੋਹਣੇ ਜਦੋਂ ਇੱਥੇ ਫੁੱਟਬਾਲ ਦੇ ਮੈਚਸ ਹੁੰਦੇ ਨੇ ਤੇ ਪਬਲਿਕ ਕਰਾਊਡ ਜਿਹੜਾ ਇਹਨਾਂ ਸਟੈਪਸ ਦੇ ਉੱਤੇ ਬੈਠ ਕੇ ਫੁੱਟਬਾਲ ਵੰਦੇ ਨੇ ਤੇ ਇਸ ਮੈਚ ਮੈਚ ਨੂੰ ਵੇਖ ਕੇ ਮਹਿਸੂਸ ਹੁੰਦੇ ਨੇ ਇਹ ਸਾਹਮਣੇ ਸਟੇਜ ਹੈ ਜਿੱਥੇ ਕਿ ਚੀਫ ਗੈਸਟ ਬੈਠਦੇ ਨੇ ਆਰਗੇਨਾਈਜ਼ਰ ਆਰਗੇਨਾਈਜ਼ਰ ਜੋ ਕਮੇਟੀ ਹੈ ਉਹਨਾਂ ਦੇ ਇਥੇ ਮੈਂਬਰਾਂ ਬੈਠਦੇ ਨੇ ਇਹ ਸਟੇਜ ਹੈ ਗਰਾਊਂਡ ਦਾ ਜਦੋਂ ਇਥੇ ਕੋਈ ਇਵੈਂਟ ਹੁੰਦਾ ਹੈ 448 ਬਨੂਰਪੁਰਾ ਨਿਸ਼ਾਰਨ ਇਹ ਪਿੰਡ ਵੜਦੇ ਆ ਜੀ ਇਹ ਸਟੇਡੀਅਮ ਤੋਂ ਬਾਅਦ ਇਹ ਜਿਹੜੀ ਸੱਜੇ ਹੱਥ ਆਬਾਦੀ ਆ ਰਹੀ ਹੈ ਇਹ ਬਾਦ ਦੇ ਵਿੱਚ ਆਬਾਦੀ ਹੈ ਇਹ ਵੀ ਇਸ ਪਿੰਡ ਦੇ ਟੈਂਡਰ ਸਨ ਜਿਹਦੇ ਵਿੱਚ ਇਹ ਆਬਾਦੀ ਹੈ ਲੋਕਾਂ ਨੇ ਘਰ ਬਣਾਏ ਨੇ ਤੇ ਜਿਹੜੀ ਪਿੰਡ ਦੀ ਆਬਾਦੀ ਹੈ 1 ਮਰਬੇ ਦੀ ਪਹਿਲਾਂ ਬਾਦੀ ਸੀ ਤੇ ਉਹ ਥੋੜਾ ਅੱਗੇ ਜਾ ਕੇ ਵੀ ਇਹ ਸਾਰੀ ਜਿਹੜੀ ਸੱਜੇ ਹੱਥ ਨਜ਼ਰ ਆ ਰਹੀ ਹੈ ਖੱਬੇ ਹੱਥ ਪਿਆਲੀਆਂ ਦੇ ਵਿੱਚ ਮਕਾਨੀਆਂ ਸੱਜੇ ਹੱਥ ਇਹ ਟੈਂਡਰ ਨੇ ਇਹ ਬਾਦ ਦੇ ਵਿੱਚ ਲਾਟ ਹੋਏ ਨੇ ਇਹ ਰੋਡ ਤੋਂ ਸਾਹੀਵਾਲ ਅਰਵ ਵਾਲਾ ਬਹਾਵਲ ਨਗਰ ਜਾਨੀ ਅੱਗੇ ਤੱਕ ਸਾਰੀ ਟ੍ਰੈਫਿਕ ਇੱਥੋਂ ਗੁਜ਼ਰ ਕੇ ਜਾਂਦੀ ਹੈ ਇਹ ਰੋੜੇ ਇਸ ਤੋਂ ਅੱਗੇ 452 ਗਾਵੇ ਰਹਿਮੇਸ਼ਾ ਘੜ ਆਏਗਾ ਘੜ ਤੋਂ ਅੱਗੇ ਰਾਵੀ ਕ੍ਰਾਸ ਕਰਕੇ ਸਾਹੀਵਾਲ ਦਾ ਏਰੀਆ ਆ ਜਾਂਦਾ ਹੈ ਇਹ ਜਿਹੜੀ ਇਹ ਮੇਨ ਹੱਦ ਦੇ ਇਸ ਤੋਂ ਪਿੱਛੇ-ਪਿੱਛੇ ਐਸਕੂ ਗਵਰਨਮੈਂਟ ਪ੍ਰਾਇਮਰੀ ਸਕੂਲ ਆ ਜਾਂਦਾ ਹੈ 448 ਗਾਪੇ ਨੂਰਪੁਰਾ ਨਿਸ਼ਾਰਨ ਦਾ ਤੇ ਇਹ ਜਿਹੜੀ ਹੱਦ ਦੇ ਇਹ ਜਿਹੜੀ ਜਗ੍ਹਾ ਵੇ ਇਹ ਪਿੰਡ ਦੀ ਹਾਦ ਦੇ ਇਤੋਂ ਪਹਿਲੇ ਪਹਿਲੇ ਇਹ ਜੋ ਸੀ ਤੁਹਾਨੂੰ ਵਿਖਾਇਆ ਇਹ ਬਾਅਦ ਦੇ ਵਿੱਚ ਟੈਂਡਰ ਦੇ ਵਿੱਚ ਆਬਾਦੀ ਹੋਈ ਏ ਪੁਰਾਣਾ ਪਿੰਡ ਇੱਥੋਂ ਸ਼ੁਰੂ ਹੁੰਦਾ ਸੀ ਇਹ ਗਵਰਨਮੈਂਟ ਪ੍ਰਾਇਮਰੀ ਸਕੂਲ ਏ ਇਹ ਖੱਬੇ ਹੱਥ ਪਿੰਡ ਵੜਦੇ ਆ ਤੇ ਇੱਥੋਂ ਪਿੰਡ ਸ਼ੁਰੂ ਹੁੰਦਾ ਸੀ ਤੇ ਔਰ ਇਧਰਲੇ ਸੱਜੇ ਹੱਥ ਨੂੰ ਹੁਣ ਅਸੀਂ ਜਾ ਰਹੇ ਆ ਪਿੰਡ ਦੀ ਬਾਹਰ ਬਾਹਰ ਵਾਲੀ ਸਾਈਡ ਤੇ ਤੇ ਇਹ ਅਸੀਂ ਜਾ ਰਹੇ ਹਾਂ ਜੀ ਪਿੰਡ ਦੀ ਬਾਹਰ ਵਾਲੀ ਸਾਈਡ ਤੇ ਇਹ ਜਿਹੜਾ ਖੱਬੇ ਹੱਥ ਏਰੀਆ ਵੇ ਇਹ ਖੱਬੇ ਹੱਥ ਮਕਾਨ ਨੇ ਇਹ ਪਿੰਡ ਦੀ ਪਹਿਲੀ ਆਬਾਦੀ ਹੈ ਔਰ ਇਹ ਸੱਜੇ ਪਾਸੇ ਜਿਹੜੇ ਮਕਾਨ ਨੇ ਇਹ ਪਿੰਡ ਦੀ ਬਾਹਰ ਵਾਲੀ ਸਾਈਡ ਤੇ ਇਹ ਜਿਹੜੇ ਸੱਜੇ ਪਾਸੇ ਮਕਾਨ ਨੇ ਇੱਕ ਟੈਂਡਰ ਨੇ ਇਹ ਦੁਬਾਰਾ ਬਾਅਦ ਦੇ ਵਿੱਚ ਪਿੰਡ ਦਾ ਪਿੰਡ ਵਸੀਹ ਹੋਇਆ ਹੈ ਪਿੰਡ ਵਧਿਆ ਹੈ ਪਿੰਡ ਦੀ ਆਬਾਦੀ ਵਧੀ ਹੈ ਲੇਕਿਨ ਜਿਹੜੀ ਪੁਰਾਣੀ ਆਬਾਦੀ ਹੈ ਜੋ ਕਿ 1947 ਪਾਰਟੀਸ਼ਨ ਤੋਂ ਬਾਅਦ ਇਹ ਖੱਬੇ ਹੱਥ ਵਾਲੀ ਇਹ ਪੁਰਾਣੀ ਆਬਾਦੀ ਹੈ ਏ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਜਿਸ ਦਾ ਪੁਰਾਣਾ ਨਾਮ ਲਾਇਲਪੁਰ 448 ਗਾਬੇ ਨੂਰਪੁਰਾ ਪਿੰਡੇ ਇਹ ਇਸ ਦਾ ਮੇਨ ਬਾਜ਼ਾਰ ਹੈ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਦਾ ਇਹ ਮੇਨ ਬਾਜ਼ਾਰ ਹੈ ਇਹ ਮੇਨ ਬਾਜ਼ਾਰ ਹੈ ਜਿਹੜਾ ਨਾਰਥ ਸਾਈਡ ਸ਼ਮਾਲ ਅਲੀ ਸਾਈਡ ਤੇ ਇਹ ਜਿਹੜੀ ਹੈ ਖੱਬੇ ਹੱਥ ਤੁਹਾਨੂੰ ਵਿਖਾ ਰਹੇ ਆ ਇਹ ਸਾਊਥ ਜਨੂਬ ਵਾਲੀ ਸਾਈਡ ਹੈ ਇਹ ਮੇਨ ਬਾਜ਼ਾਰ ਹੈ 448 ਗਾਬੇ ਨੂਰਪੁਰਾ ਦਾ ਸੋ ਐਸੀ ਸਿੱਧੇ ਜਾ ਰਹੇ ਆ ਇਸ ਸੱਜੇ ਹੱਥ ਜਿਹੜੀ ਆਬਾਦੀ ਏ ਇਹ ਜਦੋਂ ਪਿੰਡ ਵਧਿਆ ਏ ਇਹ ਇੱਕ ਮਰੱਬਾ ਆਬਾਦੀ ਇਹ ਟੈਂਡਰ ਸਨ ਤੇ ਫਿਰ ਇੱਥੇ ਘਰ ਬਣਾਏ ਗਏ ਨੇ ਇੱਥੇ ਲੋਕ ਰਹਿ ਰਹੇ ਨੇ 1947 ਦੇ ਵੇਲੇ ਵੰਡ ਵੇਲੇ ਇਹ ਖੱਬੇ ਹੱਥ ਜਿਹੜਾ ਇਹ ਪਿੰਡ ਦੀ ਬਾਹਰ ਵਾਲਾ ਆਖਰੀ ਬਾਜ਼ਾਰ ਆ ਪਹਿਲੀ ਆਬਾਦੀ ਦਾ ਇਹ ਤੋਂ ਇਸ ਜਗ੍ਹਾ ਦੇ ਉੱਤੇ ਜੀ ਪਿੰਡ ਦਾ ਇਖਤਤਾਮ ਹੁੰਦਾ ਪਿੰਡ ਦੀ ਲਹਿੰਦੀ ਗੋਠਾ ਤੇ ਇਹ ਜਿਹੜੀ ਸੜਕ ਸਿੱਧੀ ਜਾਂਦੀ ਹੈ ਅੱਗੇ ਨੂੰ ਇਹ 453 453 ਜੀਬੀ ਅਕਾਂ ਵਾਲੀ 453 ਗਾਬੇ ਅਕਾਂ ਵਾਲੀ ਨੂੰ ਜਾਂਦੀ ਹੈ ਤੇ ਇਹ ਸੱਜੇ ਹੱਥ ਇਹ ਬਾਹਰ ਵਾਲਾ ਬਾਜ਼ਾਰ ਹੈ ਜਿਹੜਾ ਕਿ ਇਹ ਅਜ਼ਾਫੀ ਆਬਾਦੀ ਵਿੱਚ ਜਦੋਂ ਆਬਾਦਕਾਰੀ ਹੋਈ ਇਹ ਲੋਕਾਂ ਨੇ ਘਰ ਬਣਾਏ ਨੇ ਇਹ ਟੈਂਡਰ ਵੀ ਇੱਕ ਪਿੰਡ ਦੀ ਆਬਾਦੀ ਦਾ ਹਿੱਸਾ ਬਣੇ ਨੇ ਤੇ ਇੱਥੇ ਲੋਕਾਂ ਨੇ ਘਰ ਬਣਾਏ ਨੇ ਇਹ ਬਾਅਦ ਦੇ ਵਿੱਚ ਹਿੱਸਾ ਹੈ ਤੇ ਇਹ ਖੱਬੇ ਹੱਥ ਅਸੀਂ ਮੁੜਦੇ ਹਾਂ ਜੀ ਪਿੰਡ ਦੀ ਬਾਹਰ ਵਾਲੀ ਸਾਈਡ ਦੇ ਉੱਤੇ ਇਹ ਪਿੰਡ ਦੀ ਲਹਿੰਦੀ ਸਾਈਡ ਹੈ ਜੀ ਬਾਹਰ ਵਾਲਾ ਬਾਜ਼ਾਰ ਆ ਅਸੀਂ ਜਨੂਬ ਵਾਲੀ ਸਾਈਡ ਨੂੰ ਜਾ ਰਹੇ ਹਾਂ ਜੀ ਇਹ ਪਿੰਡ ਦਾ ਪੁਰਾਣੇ ਪਿੰਡ ਦੀ ਆਬਾਦੀ ਹੈ ਜੋ ਕਿ ਵੰਡ ਦੇ ਵੇਲੇ ਵੰਡ ਤੋਂ ਬਾਅਦ ਇਹ ਪਿੰਡ ਦਾ ਇਹ ਪਿੰਡ ਦੀ ਆਬਾਦੀ ਹੈ 448 ਨੂਰਪੁਰਾ ਨਸ਼ਾਰਨ ਤੇ ਇਹ ਪੈਲੀਆਂ ਦੇ ਵਿੱਚ ਡੇਰੇ ਬਣਾਏ ਨੇ ਲੋਕਾਂ ਤੇ ਇਹ ਖੱਬੇ ਹੱਥ ਜਿਹੜਾ ਇਹ ਸਾਰੀ ਪਰਾਣੀਬਾਦੀ ਹੈ ਪਰਾਣੀਬਾਦੀ ਦਾ ਪਿੰਡ ਸੋ ਇਹ ਲੈਂਦੇ ਚੜਦੇ ਬਾਜ਼ਾਰ ਆ ਜੀ ਪਿੰਡ ਦਾ ਦਰਮਿਆਨ ਵਾਲਾ 메ਨ ਬਾਜ਼ਾਰ ਸੋ ਅਸੀਂ ਸਿੱਧੇ ਜਾ ਰਹੇ ਹਾਂ ਜੀ ਪਿੰਡ ਦੀ ਬਾਹਰ ਬਾਹਰ ਵਾਲੀ ਸਾਈਡ ਦੇ ਉੱਤੇ ਅਸੀਂ ਜਨੂਬ ਵਾਲੇ ਪਾਸੇ ਨੂੰ ਜਾ ਰਹੇ ਹਾਂ ਤੇ ਇਹ ਸੱਜੇ ਹੱਥ ਵੀ ਇਹ ਵੀ ਪੈੜੀ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਲੋਕਾਂ ਨੇ ਆਪਣੇ ਘਰ ਬਣਾਏ ਨੇ ਆਪਣੀ ਹਵੇਲੀ ਬਣਾਈ ਹੈ ਤੇ ਲੋਕ ਇੱਥੇ ਮਾਲ ਡੰਗਰ ਰੱਖਦੇ ਨੇ ਤੇ ਆਪਣੇ ਵਾਸਤੇ ਵੀ ਰਹਿਸ਼ਮ ਵਾਸਤੇ ਮਕਾਨ ਬਣਾਏ ਨੇ ਬਾਹਰ ਵਾਲੀ ਸਾਈਡ ਦੇ ਉੱਤੇ ਆਪਣੀਆਂ ਪਿਆਲੀਆਂ ਦੇ ਵਿੱਚ ਇਹ ਪਿੰਡ ਦੀ ਬਾਹਰ ਵਾਲੀ ਸਾਈਡ ਹੈ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਇਹ ਜ਼ਿਲ੍ਹਾ ਫੈਸਲਾਬਾਦ ਦਾ ਪੁਰਾਣਾ ਨਾਂਜੀ ਲਾਇਲਪੁਰ ਸੋ ਇਹ ਜਿਹੜੀ ਸੱਜੇ ਪਾਸੇ ਸੜਕ ਹੈ ਇਹ ਮਰਾ ਬਹਿਨੂ ਜਾਂਦੀ ਹੈ ਇਹ ਖੇਤਾਂ ਨੂੰ ਜਾਂਦੀ ਹੈ ਤੇ ਇਹ ਅੱਗੇ ਜਾ ਕੇ 453 ਅੱਕਾਂ ਵਾਲੀ ਦੇ ਨਾਲ ਮਿਲ ਜਾਂਦੀ ਹੈ ਇਹ ਸੜਕ ਵੀ ਇਹ ਲੋਕਾਂ ਨੇ ਸੱਜੇ ਹੱਥ ਜੀ ਆਪਣੇ ਘਰ ਬਣਾਏ ਨੇ ਪੈਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਤੇ ਇਹ ਖੱਬੇ ਹੱਥ ਜੀ ਪਿੰਡ ਇਹ ਪੁਰਾਣਾ 448 ਗਾਬੇ ਨੂਰਪੁਰਾ 448 ਜੀਬੀ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਸੋ ਇਹ ਸੱਜੇ ਹੱਥ ਜੀ ਇਹ ਮਾਲ ਡੰਗਰ ਰੱਖਿਆ ਹੈ ਪਸੂ ਰੱਖੇ ਨੇ ਤੇ ਇਹ ਡੰਗਰ ਡੋਰ ਰੱਖੇ ਨੇ ਲੋਕਾਂ ਨੇ ਇੱਥੇ ਆਪਣੇ ਤੇ ਇਹ ਪਿੰਡ ਦੀ ਤਕਰੀਬਨ ਅਸੀਂ ਆਖਰੀ ਹੱਦ ਤੇ ਪਹੁੰਚ ਚੁੱਕੇ ਹਾਂ ਜੀ ਇਸ ਵੇਲੇ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਇਹ ਲੋਕਾਂ ਨੇ ਘਰ ਬਣਾਏ ਨੇ ਆਪਣੀਆਂ ਪਿਆਲੀਆਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਸੋ ਇਹ ਵੀ ਮਕਾਨ ਪਾ ਰਹੇ ਨੇ ਲੋਕ ਆਪਣੀਆਂ ਪਿਆਲੀਆਂ ਆਪਣੇ ਖੇਤਾਂ ਦੇ ਵਿੱਚ ਸੋ ਇੱਥੋਂ ਜੀ ਅਸੀਂ ਲੈਫਟ ਸਾਈਡ ਟਰਨ ਹੋ ਰਹੇ ਹਾਂ ਜੀ ਇਹ ਪਿੰਡ ਦੀ ਬਾਹਰ ਵਾਲੀ ਸਾਈਡ ਹੈ ਤੇ ਅਸੀਂ ਚੜ੍ਹਦੇ ਪਾਸਿਆਂ ਨੂੰ ਜਾ ਰਹੇ ਹਾਂ ਜੀ ਪਿੰਡ ਦੇ ਤੇ ਇਹ ਜਿਹੜੇ ਸੱਜੇ ਪਾਸੇ ਮਕਾਨ ਨਜ਼ਰ ਆ ਰਹੇ ਨੇ ਕੁਝ ਹਵੇਲੀਆਂ ਨੇ ਕੁਝ ਘਰ ਨੇ ਕੁਝ ਡੰਗਰਾਂ ਵਾਸਤੇ ਡੰਗਰ ਟੋਰ ਰੱਖੇ ਨੇ ਲੋਕਾਂ ਇੱਥੇ ਹਵੇਲੀਆਂ ਬਣਾਈਆਂ ਨੇ ਕੁਝ ਘਰ ਵੀ ਬਣਾਏ ਨੇ ਇਹ ਜਿਹੜਾ ਸਾਰਾ ਏਰੀਆ ਸੱਜੇ ਪਾਸੇ ਨਜ਼ਰ ਆ ਰਿਹਾ ਹੈ ਇਹ ਸਾਰਾ ਪਹਿਲੀਆਂ ਦੇ ਵਿੱਚ ਬਾਅਦ ਦੇ ਵਿੱਚ ਆਵਾ ਦੇ ਇਹ 448 ਗਾਬੇ ਨਿਸ਼ਾਨਨ ਨੂਰਪੁਰਾ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਇੱਥੋਂ ਅਸੀਂ ਜਾ ਰਹੇ ਹਾਂ ਜੀ ਇਹ ਫਿਰ ਅਸੀਂ ਮੇਨ ਰੋਡ ਤੇ ਚੜਜਵਾਂਗੇ ਜਿਹੜਾ ਕਿ ਸਾਈਵਾਲ ਨੂੰ ਜਾਂਦਾ ਹੈ ਸਮੁੰਦਰੀਓ 47447 ਕੰਬੋ ਵਾਲਾ ਤੋਂ ਹੁੰਦਾ ਹੈ ਇਹ ਸਾਰੇ ਸੱਜੇ ਹੱਥ ਦੇ ਜਿਹੜੇ ਮਕਾਨ ਨਜ਼ਰ ਆ ਰਹੇ ਨੇ ਘਰ ਨਜ਼ਰ ਆ ਰਹੇ ਨੇ ਵਿਹਲੀਆਂ ਨਜ਼ਰ ਆ ਰਹੀਆਂ ਨੇ ਇਹ ਸਾਰੀਆਂ ਖੇਤਾਂ ਦੇ ਵਿੱਚ ਬਣਾਈਆਂ ਗਈਆਂ ਨੇ ਪਿਆਲੀਆਂ ਦੇ ਵਿੱਚ ਬਣਾਈਆਂ ਗਈਆਂ ਨੇ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਤੇ ਐ ਪਿੰਡ ਦੀ ਬਾਹਰ ਵਾਲੀ ਸਾਈਡ ਏ ਤੇ ਅਸੀਂ ਚੜ੍ਹਦੇ ਪਾਸੇ ਵੱਲ ਜਾ ਰਹੇ ਹਾਂ 448 ਗਾਬੇ ਨੂਰਪੁਰਾ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਤੇ ਐ ਉਹ ਰੋਡ ਆ ਗਿਆ ਜਿਹੜਾ ਖੱਬੇ ਹੱਥੋਂ ਜੀ 448 ਗਾਬੇ 447 ਕੰਬੋ ਵਾਲਾ ਤੋਂ ਹੁੰਦਾ ਹੈ ਔਰ ਸੱਜੇ ਹੱਥ ਨੂੰ ਜਾਂਦਿਆਂ ਹਾਂ 452 ਗਾਬੇ ਰਹਿਮੇਸ਼ਾ ਗੜ ਫਤਿਹ ਸ਼ਾਹ ਅਤੇ ਇਸੇ ਤਰ੍ਹਾਂ 라ਵੀ ਕ੍ਰੋਸ ਕਰਦੇ ਹੋਏ ਆ ਸਾਹੀਵਾਲ ਜ਼ਿਲ੍ਹੇ ਦੀ ਹਦੂਦ ਦੇ ਵਿੱਚ ਇਹ ਰੋਡ ਐ ਸੜਕ ਜਾਂਦਾ ਇਥੋਂ ਟ੍ਰਾਂਸਪੋਰਟ ਜਾਂਦੀ ਹੈ ਗੱਡੀਆਂ ਜਾਂਦੀਆਂ ਨੇ ਬੱਸਾਂ ਲਾਰੀਆਂ ਜਾਂਦੀਆਂ ਨੇ ਸੋ ਇਹ ਅਸੀਂ ਖੱਬੇ ਹੱਥ ਨੂੰ ਹੁਣ ਆ ਗਏ ਆ ਜੀ ਇਹ ਪਿੰਡ ਦੀ ਚੜ੍ਹਦੀ ਸਾਈਡ ਵਾਲਾ ਪੰਨਾ ਹੈ ਤੇ ਇਹ ਅਸੀਂ ਹੁਣ ਜਾ ਰਹੇ ਹਾਂ ਉਸੇ ਪੁਆਇੰਟ ਤੇ ਜਿੱਥੋਂ ਕਿ ਅਸੀਂ ਪਿੰਡ ਦੀ ਆਬਾਦੀ ਤੁਹਾਨੂੰ ਦਿਖਾਇਆ ਸੀ ਕਿੱਥੋਂ ਪਿੰਡ ਦੀ ਆਬਾਦੀ ਸ਼ੁਰੂ ਹੁੰਦੀ ਹੈ ਜੋ ਕਿ ਗਵਰਨਮੈਂਟ ਬੁਆਏ ਸਕੂਲ ਹੁੰਦਾ ਹੈ ਸੋ ਇਹ 447 ਕਾ ਬੇ ਕੰਬੋ ਵਾਲਾ ਨੂੰ ਰਸਤਾ ਜਾਂਦਾ ਹੈ ਔਰ ਇਹ ਜੋ ਸਮੁੰਦਰੀ ਰਸਤਾ ਹੁੰਦਾ ਹੈ ਅਸੀਂ ਉਧਰ ਨੂੰ ਹੁਣ ਜਾ ਰਹੇ ਹਾਂ 447 ਕਾ ਬੇ ਕੰਬੋ ਵਾਲਾ 445 ਕਾ ਬੇ ਛੋਟੀ ਔਰ ਇਸੇ ਤਰ੍ਹਾਂ ਮੂਨੀਆਂ ਵਾਲਾ ਬੰਗਲਾ ਔਰ ਨਹਿਰ ਦੇ ਨਾਲ ਨਾਲ ਅਸੀਂ 533 ਕਾ ਬੇ ਸਮੁੰਦਰੀ ਤਹਿਸੀਲ ਸਮੁੰਦਰੀ ਪਹੁੰਚ ਜਾਂਦੇ ਹਾਂ ਔਰ ਇਹ ਖਬਿਆਤ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਯੂਨੀਅਨ ਕਾਉਂਸਲ ਹੈ ਯਾ ਯੂਨੀਅਨ ਕਾਉਂਸਲ ਹੈ ਜੋ ਕਿ ਚਾਰ ਪਿੰਡਾਂ ਦੀ ਯੂਨੀਅਨ ਕਾਉਂਸਲ ਹੈ ਯੂਨੀਅਨ ਕਾਉਂਸਲ ਦੀ ਬਿਲਡਿੰਗ 448 ਨੂਰਪੁਰਾ ਦੇ ਵਿੱਚ ਤੋ ਇਹ ਅਸੀਂ ਜਾ ਰਹੇ ਹਾਂ ਜੀ ਬਾਹਰ ਵਾਲੀ ਸਾਈਡ ਤੇ ਇਹ 448 ਗਾਬੇ 447 ਗਾਬੇ ਕੰਬੋ ਵਾਲਾ 446 ਗਾਬੇ ਕਾਕੇਵਾਲ 445 ਗਾਬੇ ਇਹ ਚਾਰ ਪਿੰਡ ਜੀ ਇਸ ਯੂਨੀਅਨ ਕਾਉਂਸਲ ਦੇ ਵਿੱਚ ਨੇ ਇਸ ਯੂਨੀਅਨ ਕਾਉਂਸਲ ਦੇ ਚਾਰ ਪਿੰਡ ਨੇ ਔਰ ਯੂਨੀਅਨ ਕਾਉਂਸਲ ਦਾ ਜਿਹੜਾ ਮਰਕਜ਼ੀ ਆਫਿਸ ਹੈ ਦਫਤਰ ਹੈ ਉਹ ਇਸ ਪਿੰਡ ਦੇ ਵਿੱਚ ਤੇ ਇਹ 448 ਗਾਬੇ ਬਾਹਰ ਵਾਲੇ ਬੰਨੇ ਦੇ ਉੱਤੇ ਇਹ ਮਸਜਿਦ ਹੈ ਜਿੱਥੇ ਨਮਾਜ਼ ਅਦਾ ਕਰਦੇ ਨੇ ਜਾਮੀਆ ਮਸਜਿਦ ਹਮਜ਼ਾ ਇਹ ਇਹ 448 ਗਾਬੇ ਨਿਸ਼ਾਰੰਦਾ ਦਰਮਿਆਨ ਵਾਲਾ ਬਾਜ਼ਾਰ ਹੈ ਜੋ ਚੜਦੀ ਸਾਈਡ ਤੋਂ ਲੰਘਦੇ ਸੈਡ ਨੂੰ ਜਾਂਦਾ ਜੀ ਖੱਬੇ ਹੱਥ ਦੇਖੀਏ ਇਸ ਤੇ ਜੀ ਸੋ ਅਸੀਂ ਇਸੇ ਤਰ੍ਹਾਂ ਇਹ ਬਾਹਰ ਵਾਲੀ ਸਾਈਡ ਤੇ ਆ ਗਏ ਜੀ ਇਹ ਖੱਬੇ ਹੱਥ ਪਿੰਡੇ 448 ਨੂਰਪੁਰਾ 448 ਗਾਬੇ ਨੂਰਪੁਰਾ ਸੋ ਅਸੀਂ ਇਹ ਸਕੂਲ ਉਸੇ ਜਗ੍ਹਾ ਤੇ ਪਹੁੰਚ ਗਏ ਜੀ ਜਿੱਥੋਂ ਅਸੀਂ ਸਟਾਰਟ ਕੀਤਾ ਸੀ 448 ਗਾਬੇ ਨੂਰਪੁਰਾ